ਸ਼ਤਕਾਰਯੋ ਖਾਲਸਾ ਜੀ ਹੁਣ ਬਲਵਿੰਦਰ ਇਥੇ ਸੁਮੇਦ ਸੈਣੀ ਤੇ ਹੋ ਗਿਆ ਹਮਲਾ ਲੇਕਿਨ ਉਹ ਹਮਲਾ ਬਲਵਿੰਦਰ ਸਿੰਘ ਚਟਾਣੇ ਨਹੀਂ ਸੀ ਕੀਤਾ ਉਹ ਹਮਲਾ ਕੀਤਾ ਕਿਸੇ ਹੋਰ ਨੇ ਇਹਦਾ ਬਾਡੀਗਾਰਡ ਮਾਰਿਆ ਗਿਆ ਡਰਾਈਵਰ ਮਾਰਿਆ ਗਿਆ ਤੇ ਸੈਣੀ ਨੂੰ ਪਹੁੰਚਾਇਆ ਗਿਆ ਪੀਜੀਆਈ ਚੰਡੀਗੜ੍ਹ ਇਹਦਾ ਪਤਲਾ ਪਤਾ ਲੈਣ ਵਾਸਤੇ ਗਿਆ ਨਕਲੀ ਨਿਹੰਗ ਆਜੀਤ ਸਿਓ ਪੂਲਾ ਉਹ ਪੂਲਿਆਂ ਵਾਲਾ ਇਹ ਪਤਾ ਲੈਣ ਗਿਆ ਸੈਣੀ ਦਾ ਪਗਵਟ ਭਰਾ ਬਣਿਆ ਸੀ ਏ ਏ ਪਤਾ ਲੈਣ ਗਿਆ ਤੇ ਪੂਲੇ ਨੇ ਪੁੱਛਿਆ ਪੀ ਸੈਣੀ ਸਾਹਿਬ ਤੁਹਾਡੇ ਤੇ ਹਮਲਾ ਕਿਹਨੇ ਕੀਤਾ ਹੈ ਸੈਣੀ ਨੇ ਇੱਕ ਮਿੰਟ ਮੀਟੀਆਂ ਅੱਖਾਂ ਮੁੜ ਕੇ ਸੋਚਿਆ ਉਹ ਸੈਣੀ ਤੀਰ ਛਾੜ ਦੇ ਕਿਤੇ ਨਿਸ਼ਾਨੇ ਕਰ ਦੋ ਤੈਨੂੰ ਕੀ ਪਤਾ ਤੇਰੇ ਤੇ ਹਮਲਾ ਕਿਹਨੇ ਕੀਤਾ ਨਾਂ ਲੈ ਦੇ ਜਟਾਣੇ ਦਾ ਇਹਨੇ ਨਾਂ ਲੈ ਦਿੱਤਾ ਜਟਾਣੇ ਦਾ ਤੇ ਪੂਲੇ ਨੇ ਆਖਿਆ ਕਹਿੰਦਾ ਸੈਣੀ ਸਾਹਿਬ ਕੱਲ ਦਾ ਸੂਰਜ ਅਬਲ ਤੇ ਬਲਵਿੰਦਰ ਸਿੰਘ ਜਟਾਣਾ ਨਹੀਂ ਵੇਖੇਗਾ ਤੇ ਜੇ ਉਹ ਨਾਂ ਮਰਿਆ ਤੇ ਬਲਵਿੰਦਰ ਸਿੰਘ ਜਟਾਣੇ ਦਾ ਪਰਿਵਾਰ ਨਹੀਂ ਕੱਲ ਦਾ ਸੂਰਜ ਵੇਖੇਗਾ ਇਹ ਆ ਗਿਆ ਕਰਦਿਆਂ ਕਰਦਿਆਂ ਜਟਾਣੇ ਦੋ ਜਟਾਣੇ ਨੇ ਇੱਕ ਖਮਾਣੋ ਲਾਗੇ ਇੱਕ ਚਮਕੌਰ ਸਾਹਿਬ ਦੇ ਲਾਗੇ ਇਹ ਆ ਗਿਆ ਖਮਾਣੋ ਵਾਲੇ ਇਹ ਪੁੱਛਦਾਰਿਆ ਰਾਤ 11:30 ਵਜੇ ਤੱਕ ਕਿਸੇ ਨੇ ਕੁਝ ਨਾ ਦੱਸਿਆ ਆਖਰ ਇੱਕ ਬੰਦਾ ਮਿਲਿਆ ਉਹਨੇ ਆਖਿਆ ਬਾਬਾ ਜੀ ਉਹ ਇਹ ਜਟਾਣਾ ਨਹੀਂ ਉਹ ਚਮਕੌਰ ਸਾਹਿਬ ਦੇ ਲਾਗੇ ਜਟਾਣਾ ਪੂਲਾ ਆ ਗਿਆ ਇੱਥੇ ਰਾਤੋਂ ਰਾਤ ਜਿਪਸੀ ਪ ਜਾ ਕੇ ਨਾਲੇ ਦੇ ਦੋ ਤਿੰਨ ਗੱਡੀਆਂ ਹੋਰ ਸੀ ਇਹਨੇ 3:20 ਮਿੰਟ ਤੇ ਜਿਪਸੀ ਵਾਰੀ ਇਸ ਜਟਾਣੇ ਵਿੱਚ ਇੱਕ ਅਮਰਤ ਵੇਲੇ ਬਜ਼ੁਰਗ ਕਿਰਿਆ ਸਾਧਨ ਜਾ ਰਿਹਾ ਸੀ ਜੰਗਲ ਮੈਦਾਨ ਉਹਨੂੰ ਪੂਲੇ ਨੇ ਘਿਰ ਕੇ ਆਖਿਆ ਪੀ ਬਾਪੂ ਜਟਾਣੇ ਦਾ ਘਰ ਕਿਹੜਾ ਤੇ ਬਾਪੂ ਨੇ ਸੋਚਿਆ ਪੀ ਹੋ ਸਕਦਾ ਚੋਲੇ ਵਾਲੇ ਸਿੰਘ ਨੇ ਉਹਦੇ ਗਰੁੱਪ ਦੇ ਹੋਣ ਉਹਨੇ ਆਖਿਆ ਪੀ ਉਹ ਸਾਹਮਣੇ ਦਰਵਾਜ਼ਾ ਉਹਨਾਂ ਦਾ ਜਾ ਕੇ ਇਹਨੇ ਪੂਲੇ ਨੇ ਦਰਵਾਜ਼ਾ ਖੜਕਾਇਆ ਬੀਬੀ ਦਵਾਰਕੀ ਇੱਕ ਹੋਰ ਜਟਾਣੇ ਦੀ ਦਾਦੀ ਨੇ ਦਰਵਾਜ਼ਾ ਖੋਲਿਆ ਉਹਨੂੰ ਐਸੀ ਪੁਲਿਸ ਆਉਂਦੀ ਹੈ ਤਲਾਸ਼ੀ ਲੈ ਕੇ ਚਲੇ ਜਾਂਦੀ ਹੈ ਪੁਲਿਸ ਵਾਲੇ ਹੋਣਗੇ ਤਲਾਸ਼ੀ ਲੈ ਕੇ ਚਲੇ ਜਾਣਗੇ ਉਹਨੇ ਦਰਵਾਜ਼ਾ ਖੋਲਿਆ ਤੇ ਖੁੱਲਦਿਆਂ ਸਾਰ ਪੂਲੇ ਨੇ ਹਾਥਰੇ ਚ ਕੜਾ ਬੜਾ ਮੋਟਾ ਪਾਇਆ ਸੀ ਚਪੇੜ ਮਾਰੀ ਤੇ ਬੀਬੀ ਦਵਾਰ ਕੀ ਕਰੋ ਵਿਚਾਰੀ ਧਰਤੀ ਤੇ ਡਿੱਗ ਪਈ ਇੱਕ ਗੋਲੀ ਪੂਲੇ ਨੇ ਉਸ ਬੀਬੀ ਦੀ ਲੱਤ ਵਿੱਚ ਮਾਰੀ ਆਵਾਜ਼ ਸੁਣ ਕੇ ਬਲਵਿੰਦਰ ਸਿੰਘ ਜਟਾਣੇ ਦੀ ਚਾਚੀ ਭੱਜੀ ਆਈ ਬਾਹਰ ਉਹ ਚਾਚੀ ਆਉਂਦੀ ਨੂੰ ਵਾਲਾਂ ਤੋਂ ਪਕੜ ਲਿਆ ਪੂਲੇ ਨੇ ਤੇ ਵਾਲਾਂ ਤੋਂ ਪਕੜ ਕੇ ਵੇੜੇ ਵਿੱਚ ਖਲੋ ਕੇ ਪੂਲਾ ਖੜਖੜਾ ਕੇ ਹੱਸਿਆ ਕਹਿਣ ਲੱਗਾ ਜਟਾਣਿਆ ਵੇਖ ਅੱਜ ਤੇਰੀ ਇੱਜ਼ਤ ਮੇਰੇ ਹੱਥ ਵਿੱਚ ਐ ਜੇ ਵਾਕਿਆ ਮਾਂ ਦਾ ਦੁੱਧ ਪੀਤਾ ਹੀ ਤੇ ਇੱਕ ਵਾਰੀ ਆਪਣੀ ਚਾਚੀ ਮੇਰੇ ਕੋਲੋਂ ਛਡਾ ਕੇ ਵਖਾ ਜੇ ਕਿਤੇ ਪੂਲਾ ਉਦੋਂ ਹੁੰਦਾ ਲਾਗੇ ਬੰਨੇ ਮਾਫ ਕਰਨਾ ਬਲਵਿੰਦਰ ਸਿੰਘ ਜਟਾਣਾ ਤੇ ਪੂਲੇ ਨੂੰ ਦੱਸ ਦਿੰਦਾ ਵੀ ਮੈਂ ਕੀ ਚੀਜ਼ ਆ ਉਦੋਂ ਹੈ ਦੂਰ ਸੀਦਾ ਜੇ ਤੇ ਤੋਂ ਬਾਅਦ ਵਿੱਚ ਮੁੱਕਦੀ ਗੱਲ ਹੁਣ ਪੂਲੇ ਨੇ ਆਖਿਆ ਪੀ ਇਹਦੇ ਅੰਦਰ ਫੋਲੋ ਅੰਦਰ ਕੋਈ ਵਿਅਕਤੀ ਹੋਰ ਹੈ ਇੱਕ ਕਮਰੇ ਵਿੱਚ ਪਿਆ ਹੋਇਆ ਪੰਜਾਂ ਸਾਲਾਂ ਦਾ ਨਿਕਾ ਜਿਆ ਪਚੰਗੀ ਮਨਪ੍ਰੀਤ ਸਿੰਘ ਉਹ ਬਲਵਿੰਦਰ ਸਿੰਘ ਜਟਾਣੇ ਦਾ ਭਨੇਵਾ ਲੱਗਦਾ ਸੀ ਉਹਨੂੰ ਇਹਦੇ ਇਕਲ ਨਕਲੀ ਨਿਹੰਗ ਨੇ ਜਾ ਕੇ ਆਖਿਆ ਉਠੋ ਕਾਕਾ ਜਦੋਂ ਠਾਉਣ ਲੱਗਾ ਤੇ ਉਹ ਨਿੱਕੇ ਜਿਹੇ ਬੱਚੇ ਨੇ ਰੋ ਕੇ ਆਖਿਆ ਬਾਬਾ ਮੇਰੀਆਂ ਲੱਤਾਂ ਨੂੰ ਜੁਮਾਂਦਰੋਂ ਪੋਲਿਆ ਹੋਇਆ ਮੇਰੇ ਕੋਲ ਤੁਰਿਆ ਨਹੀਂ ਜਾਂਦਾ ਇਹਨੂੰ ਵਾਲਾਂ ਤੋਂ ਪਕੜ ਕੇ ਤੂੰ ਕੇ ਨਕਲੀ ਨਿਹੰਗ ਦੇ ਗੁੰਡੇ ਨੇ ਲਿਆਂਦਾ ਤੇ ਲਿਆਣ ਕੇ ਸੁੱਟ ਦਿੱਤਾ ਪੈਰਾਂ ਵਿੱਚ ਪੂਲੇ ਨੇ ਆਉਂਦਿਆਂ ਸਾਰੋ ਪੰਜਾਂ ਸਾਲਾਂ ਦੇ ਬੱਚੇ ਦੀ ਇੱਕ ਲੱਤ ਲੈ ਲਈ ਆਪਣੀ ਪੈਰ ਥੱਲੇ ਤੇ ਦੂਜੀ ਲੱਤ ਪੰਜਾਂ ਸਾਲਾਂ ਦੇ ਬੱਚੇ ਦੀ ਪਕੜ ਲਈ ਆਪਣੇ ਹੱਥ ਵਿੱਚ ਉਹਨੂੰ ਜ਼ੋਰ ਦੀ ਖਿੱਚ ਕੇ ਤੇ ਪੰਜਾਂ ਸਾਲਾਂ ਦਾ ਬੱਚਾ ਪੂਲੇ ਨੇ ਪਾੜ ਕੇ ਦੋ ਫਾੜ ਕਰ ਦਿੱਤਾ ਦੋ ਫਾੜ ਕਰ ਦਿੱਤਾ ਬਲਵਿੰਦਰ ਸਿੰਘ ਜਟਾਣੇ ਦਾ ਆਪਣੇਵਾ ਇਹ ਪੂਲੇ ਨੇ ਮਾਰਿਆ ਪੂਲੇ ਨੇ ਸਤਕਾਰ ਜੋ ਖਾਲਸਾ ਜੀ ਉਹਦੇ ਤੋਂ ਬਾਅਦ ਪੂਲੇ ਨੇ ਆਖਿਆ ਕਹਿਣ ਲੱਗਾ ਇਹਨਾਂ ਦੀਆਂ ਪੇਟੀਆਂ ਦੇ ਵਿੱਚੋਂ ਰਜਾਈਆਂ ਤਲਾਈਆਂ ਕੱਢੋ ਕੱਢੀਆਂ ਗਈਆਂ ਅੱਗ ਲਗਾਈ ਗਈ ਮੈਂ ਜਲਦੀ ਦੇ ਨਾਲ ਥੋੜਾ ਜਿਹਾ ਲਾਗੇ ਲੱਗਾ ਹੁਣ ਕਿਉਂਕਿ ਵੀਰ ਜੀ ਹੁਣ ਆ ਗਏ ਨੇ ਹੁਣ ਆਗ ਲਗਾਈ ਗਈ ਤੇ ਪੂਲੇ ਨੇ ਆਖਿਆ ਸਾਰਾ ਪਰਿਵਾਰ ਅੱਗ ਵਿੱਚ ਸੁੱਟ ਦੇ ਜਦੋਂ ਬੀਬੀ ਦਵਾਰਕੀ ਕੌਰ ਨੂੰ ਲੱਗੇ ਸੁੱਟਣ ਸਤਕਾਰਯੋਗ ਜਟਾਣੇ ਦੀ ਦਾਦੀ ਨੂੰ ਉਹਨੇ ਆਖਿਆ ਵੇ ਪੂਲਿਆ ਅੱਜ ਸਾਨੂੰ ਅੱਗ ਲਾ ਕੇ ਲੱਗਾ ਸਾੜਨ ਜਾਂ ਜਿੱਦਣ ਤੂੰ ਮਰੇਗਾ ਅੱਗ ਲੱਗ ਕੇ ਮਰੇਗਾ ਅੱਗ ਲੱਗ ਕੇ ਉਹ ਦਿਨ ਵੀ 29 ਮਾਰਚ ਜਿੱਦਣ ਜਟਾਣੇ ਦਾ ਪਰਿਵਾਰ ਸਾੜਿਆ ਤੇ ਜਿੱਦਣ ਪੂਲੇ ਨੂੰ ਅੱਗ ਲਾਈ ਉਸ ਦਿਨ ਵੀ 29 ਮਾਰਚ ਸੀ